ਰੁਕਿਆ ਸਟੂਡੀਓ ਗੈਂਗਸਟਰ ਟੈਪ ਮੈਂ ਪਾਤੇ ਸੀ ਗੋਲੀ ਵੱਜੀ ਪਾਈ ਨੀ ਸਨੈਪ ਮੈਂ ਪੱਟਿਆ ਦਿਖਾ ਕੇ ਲੋਕ ਕੀਤੇ ਨੀ ਅਟੈਚ ਸੱਚੀ ਜੇਲਾਂ ਵਿੱਚ ਬੈਠੇ ਪੁੱਤ ਮੇਰੇ ਨਾਲ ਦੇ ਦੇਣ ਯਾਰੀਆਂ ਲਈ ਜਾਨ ਮੁੰਡੇ ਨੇ ਕਮਾਲ ਦੇ ਹੋਏ ਚਰਚੇ ਰਹਿੰਦੇ ਨੇ ਮੇਰੀ ਅੱਖ ਲਾਲ ਦੇ ਅਸੀਂ ਪੱਟੀਆਂ ਦਿਖਾ ਕੇ ਨਹੀਂ ਫੇਮ ਪਾਲਦੇ ਆਓ ਸੁੱਟੇ ਬੀਬੀ ਕਰਦੇ ਹੋ ਗੀਤਕਾਰੀਆਂ ਆਈ ਸਾਈਟ ਹੋਈ ਆ ਤੁਹਾਡੀ ਵੀ ਮੈਨੂੰ ਸੁਪਨੇ ਚ ਆ ਕੇ ਜੋ ਡਰਾਉਂਦਾ ਬਾਰ ਬਾਰ ਪੁੱਤੇ ਉਹੀ ਆ ਮੈਂ ਸੂਟਾ ਲਾਉਣ ਵਾਲਾ ਗੀਤਕਾਰ ਹਟ ਜਾ ਤੂੰ ਪਿੱਛੇ ਹੁਣ ਮੇਰੀ ਵਾਰੀ ਏ ਦੇਸੀ ਰੈਪ ਵਿੱਚ ਦੇਖ ਮੇਰੀ ਸਰਦਾਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ 뮤직 ਇੰਡਸਟਰੀ ਵਿੱਚ ਆਏ ਦਿਨੀ ਨਵੇਂ ਗੀਤ ਆਉਂਦੇ ਰਹਿੰਦੇ ਹਨ ਇਸ ਇੰਡਸਟਰੀ ਵਿੱਚ ਇੱਕ ਨਾਮ ਚਾਰੇ ਪਾਸੇ ਹੀ ਛਾਇਆ ਹੋਇਆ ਹੈ ਉਹ ਹੈ ਸਿੱਧੂ ਮੂਸੇਵਾਲਾ ਜੋ ਕਿ ਆਪਣੇ ਗੀਤਾਂ ਵਿਚਲੇ ਰਿਪਲਾਈ ਕਰਕੇ ਖਾਸ ਤੌਰ ਤੇ ਜਾਣਿਆ ਜਾਂਦਾ ਹੈ ਤੇ ਇਸ ਵਾਰ ਜੋ ਹੋਇਆ ਉਹ ਇਸ ਦੇ ਬਿਲਕੁਲ ਉਲਟ ਹੈ ਪਿਛਲੇ ਦਿਨੀ ਇੱਕ ਗਾਇਕ ਵੱਲੋਂ ਮੂਸੇਵਾਲੇ ਦੇ ਕਈ ਗੀਤਾਂ ਦਾ ਰਿਪਲਾਈ ਕਰ ਉਸ ਨੂੰ ਸ਼ਰੇਆਮ ਕਾਫੀ ਮੰਦਾ ਚੰਗਾ ਬੋਲਿਆ ਗਿਆ ਆਓ ਦੇਖਦੇ ਹਾਂ ਸਾਰੀ ਵੀਡੀਓ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾ ਪੁੱਤ ਨੈੱਟ ਤੋਂ ਨੀ ਪੜੇ ਡੱਬਾ ਨਾਲ ਲੱਗੇ ਨੇ ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾ ਉਹ ਪੁੱਤ ਨੈੱਟ ਤੋਂ ਨੀ ਪੜੇ ਡੱਬਾ ਨਾਲ ਲੱਗੇ ਨੇ ਗੱਲ ਦੇ ਜਵਾਕ ਸਾਲੇ ਬਣਦੇ ਟਪਾਕ ਬਣੀ ਜਾਂਦੇ ਨੇ ਟਪਾਕ ਸਾਲੇ ਗੱਲ ਦੇ ਜਵਾਕ ਗੱਲਾਂ ਗੰਨਾ ਦੀਆਂ ਕਹਿਣ ਲੱਗੀ ਜਾਂਦਾ ਏ ਮਜ਼ਾਕ ਗੋਲੀ ਆਪਣੇ ਹੀ ਮਾਰ ਕਰ ਲੈਂਦੇ ਨੇ ਹਲਾਕ ਗੱਲਾਂ ਕਾਲਿਆਂ ਦੇ ਗੀਤਾਂ ਵਿੱਚੋਂ ਕਰ ਕਾਪੀਆਂ ਸਰਕਾਰੀ ਛੁੱਟੀ ਵਾਲੀ ਕਾ ਮਾਹੌਲ ਹੋਣਾ ਏ ਗੋਲੀ ਚੱਲ ਦੇਣਾ ਮਾਮਿਆਂ ਦਾ ਗੇੜਾ ਹੋਊਗਾ ਨੂੰ ਇੰਨੀਆਂ ਨੀ ਪੜੇਗੀ ਕੋਈ ਛੋਟੀ ਗੱਲ ਨੀ ਸਿੱਧੂ ਮੂਸੇ ਵਾਲਾ ਜੱਟ ਉਹਦੇ ਤੇਰਾ ਹੋਊਗਾ ਗੱਲਾਂ ਕਾਲਿਆਂ ਦੇ ਗੀਤਾਂ ਵਿੱਚੋਂ ਕਰ ਕਾਪੀਆਂ ਰੱਖ ਪੁਲਿਸ ਨੂੰ ਨਾਲ ਮਾਰ ਦਿਆ ਥਾਪੀਆਂ ਦੱਸ ਦਿਆ ਬਦਮਾਸ਼ੀ ਵਿੱਚ ਕਣ ਕਣ ਦੇ ਛੋਟੀ ਕੁੱਤੀ ਦੇ ਨੀ ਮਾਰੀ ਗੈਂਗ ਲੈਣ ਬਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਗੀਤ ਰਾਹੀਂ ਮੂਸੇਵਾਲੇ ਨੂੰ ਸ਼ਰੇਆਮ ਰਿਪਲਾਈ ਕੀਤਾ ਹੈ ਇਸ ਦਾ ਟਾਈਟਲ ਵੀ ਵੈਸਟ ਸਾਈਡ ਫਲੋ ਹੈ ਜੋ ਕਿ ਮੂਸੇਵਾਲੇ ਦੇ ਨਵੇਂ ਆਏ ਗੀਤ ਈਸਟ ਸਾਈਡ ਫਲੋ ਨਾਲ ਮਿਲਦਾ ਜੁਲਦਾ ਹੈ ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਸ ਗੀਤ ਵਿੱਚ ਜੋ ਕੁਝ ਮੂਸੇਵਾਲੇ ਨੂੰ ਕਿਹਾ ਗਿਆ ਹੈ ਉਹ ਸੱਚ ਹੈ ਜਾਂ ਨਹੀਂ ਇਸ ਗੀਤ ਨੂੰ ਬਣਾਉਣ ਵਿੱਚ ਕਿਸ ਦਾ ਹੱਥ ਹੋ ਸਕਦਾ ਹੈ ਤੇ ਜੇਕਰ ਤੁਹਾਨੂੰ ਵੀ ਮੂਸੇਵਾਲੇ ਦੇ ਗੀਤ ਵਧੀਆ ਲੱਗਦੇ ਹਨ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਹੀਂ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰ ਦੇਣਾ ਇਸ ਦੇ ਨਾਲ ਹੀ ਹਰ ਤਰ੍ਹਾਂ ਦੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ